15 ਦਿਨਾਂ ਤੋਂ ਲਾਪਤਾ ਇਸ ਮਾਂ ਦਾ ਲਾਡਲਾ, ਰੋ ਰੋ ਕੇ ਮਾਂ ਲੋਕਾਂ ਨੂੰ ਲੱਭਣ ਲਈ ਲਗਾ ਰਹੀ ਗੁਹਾਰ। ਦੱਸਦੇ ਕਿ 15 ਦਿਨਾਂ ਤੋਂ ਇਸ ਮਾਂ ਦਾ ਲਾਡਲਾ ਪੁੱਤ ਗੁੰਮਸ਼ੁਦਾ ਹੈ, ਜਿਸ ਤੋਂ ਬਾਅਦ ਮਾਂ ਉਸਨੂੰ ਲੱਭਣ ਦੇ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ। ਤਾਂ ਮਾਂ ਨੇ ਦੱਸਿਆ ਕਿ ਉਸਦਾ ਪੁੱਤ ਮਾਨਸਿਕ ਤੌਰ ਤੋਂ ਪਰੇਸ਼ਾਨ ਹੈ, ਜੋ ਕਿ ਹਰ ਐਤਵਾਰ ਚਰਚ ਦੇ ਵਿੱਚ ਜਾਂਦਾ ਹੁੰਦਾ ਸੀ, ਪਰ ਇਸ ਵਾਰ ਜਦੋਂ ਉਹ ਚਰਚ ਗਿਆ ਤਾਂ ਵਾਪਸ ਮੁੜ ਕੇ ਹੀ ਨਹੀਂ ਆਇਆ। ਤਾਂ 15 ਦਿਨ ਹੋ ਗਏ ਆ, ਉਸਦੀ ਕੋਈ ਵੀ ਜਾਣਕਾਰੀ ਇਹਨਾਂ ਨੂੰ ਨਹੀਂ ਮਿਲੀ ਹੈ। ਤਾਂ ਦੱਸਦੇ ਕਿ ਨੌਜਵਾਨ 16 ਸਾਲ ਦਾ ਸੀ ਅਤੇ ਬਟਾਲਾ ਤੋਂ ਜਲੰਧਰ ਗਿਆ ਸੀ ਚਰਚ ਦੇ ਵਿੱਚ। ਤਾਂ ਹਰ ਐਤਵਾਰ ਨੂੰ ਉਹ ਚਰਚ ਦੇ ਵਿੱਚ ਜਾਂਦਾ ਸੀ, ਪਰ ਇਸ ਵਾਰ ਜਦੋਂ ਉਹ ਜਾਂਦਾ ਹੈ ਤਾਂ ਵਾਪਸ ਮੁੜ ਕੇ ਨਹੀਂ ਆਉਂਦਾ। ਜਿਸ ਤੋਂ ਬਾਅਦ ਪਰਿਵਾਰ ਨੇ ਉਸਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਹਾਲੇ ਤੱਕ ਉਸਦੀ ਕੋਈ ਵੀ ਸੂਹ ਨਹੀਂ ਮਿਲੀ ਹੈ। ਤਾਂ ਹੁਣ ਮਾਂ ਨੇ ਕਿਹਾ ਕਿ ਜੋ ਵੀ ਉਸਦੇ ਪੁੱਤ ਨੂੰ ਲੱਭ ਕੇ ਲਿਆਵੇਗਾ ਉਸਨੂੰ ਉਹ 10,000 ਰੁਪਏ ਦਾ ਇਨਾਮ ਦੇਵੇਗੀ। ਤਾਂ ਮਾਂ ਦੇ ਹਾਲਾਤ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਉਸਦਾ ਵੱਡਾ ਭਰਾ ਵੀ ਹੈ, ਤਾਂ ਉਸਨੇ ਦੱਸਿਆ ਕਿ ਉਹ ਮਾਨਸਿਕ ਤੌਰ ਤੋਂ ਪਰੇਸ਼ਾਨ ਹੈ। ਤਾਂ ਹਰ ਐਤਵਾਰ ਨੂੰ ਉਹ ਜਲੰਧਰ ਦੇ ਚਰਚ ਦੇ ਵਿੱਚ ਮੱਥਾ ਟੇਕਣ ਜਾਂਦਾ ਸੀ, ਪਰ ਹੁਣ ਉਸਦਾ ਕੋਈ ਵੀ ਪਤਾ ਨਹੀਂ ਲੱਗ ਰਿਹਾ। ਪਰਿਵਾਰ ਦੇ ਹਾਲਾਤ ਵੇਖ ਸਕਦੇ ਹੋ ਕਿਸ ਹਾਲਾਤ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਹੈ, ਪਰ ਇਸ ਦੇ ਉੱਤੇ ਹੁਣ ਇਹਨਾਂ ਦਾ ਛੋਟਾ ਮੁੰਡਾ ਜਿਹੜਾ ਉਹ ਲਾਪਤਾ ਹੋ ਜਾਂਦਾ ਹੈ। ਤਾਂ ਉਸਨੂੰ ਲੱਭਣ ਦੇ ਲਈ ਪਰਿਵਾਰ ਹੁਣ ਦਰ ਦਰ ਦੀਆਂ ਠੋਕਰਾਂ ਖਾ ਰਿਹਾ। ਸਾਡਾ ਚਰਚ 'ਚ ਗਿਆ ਸੀ, ਅੱਗੇ ਸੰਡੇ ਦੇ ਸੰਡੇ ਜਾਂਦਾ ਸੀ, ਮੁੜ ਕੇ ਵਾਪਸ ਨਹੀਂ ਆਇਆ। ਬੱਸ ਸਟੈਂਡ ਹੀ ਗੁੰਮ ਹੋ ਗਿਆ। ਬੱਸ ਸਟੈਂਡ ਰਨੂਲੇ ਦੀ, ਖਾਂਬੜੇ, ਜਲੰਧਰ 'ਚ। ਹਾਂਜੀ, ਉੱਥੋਂ ਬੱਸ ਸਟੈਂਡ ਤੋਂ ਹੀ ਗੁੰਮ ਹੋ ਗਿਆ ਅਤੇ ਹਰ ਸੰਡੇ ਦੇ ਸੰਡੇ ਜਾਂਦਾ ਸੀ, ਮੁੜ ਕੇ ਵਾਪਸ ਨਹੀਂ ਆਇਆ। ਅਤੇ ਉੱਥੇ ਬੱਸ ਸਟੈਂਡ ਤੋਂ ਗੁੰਮ ਹੋ ਗਿਆ, ਮੁੜ ਕੇ ਉਹ ਆਇਆ ਹੀ ਨਹੀਂ ਘਰ। ਸੰਡੇ ਦੇ ਸੰਡੇ ਜਾਂਦਾ ਸੀ ਬੱਸ ਸਟੈਂਡ 'ਤੇ। ਤੁਸੀਂ ਕਿਸੇ ਨੂੰ ਇਤਲਾਹ ਕੀਤੀ ਹੈ, ਲੱਭਣ ਦੀ ਕੋਸ਼ਿਸ਼ ਕੀਤੀ ਹੈ ਉੱਥੇ? ਹਾਂਜੀ, ਗਏ ਹਾਂ, ਲੱਭਣ ਗਏ ਸੀ ਇਹ, ਅਤੇ ਉੱਥੇ ਲੱਭਾ ਨਹੀਂ ਹੈਗਾ। ਇਸ਼ਤਿਹਾਰ ਵੀ ਉੱਥੇ ਲਾ ਕੇ ਆਏ ਸੀ। ਕੀ ਨਾਮ ਸੀ? ਰਾਜਾ। ਕਿੰਨੀ ਉਮਰ ਸੀ? ਉਮਰ ਉਹਦੀ 16-17 ਸਾਲ ਦਾ ਹੈਗਾ। ਨਾ ਪਹਿਲਾਂ ਨਹੀਂ, ਦਿਮਾਗ ਤਾਂ ਉਹਦਾ ਉੱਥੇ ਥੋੜ੍ਹਾ ਜਿਹਾ ਫਰਕ ਸੀ। ਕੀ ਗੁਹਾਰ ਲਵਾਉਂਦੇ ਤੁਸੀਂ? ਹਾਂਜੀ, ਕੀ ਗੁਹਾਰ ਲਵਾਉਂਦੇ ਲੋਕਾਂ ਅੱਗੇ? ਅਸੀਂ ਤਾਂ ਅੱਗੇ ਗਏ ਸੀ ਚਰਚ ਵਾਲਿਆਂ ਨੂੰ, ਤਾਂ ਅਸੀਂ ਕਦੇ ਗਏ ਨਹੀਂ। ਇਹ ਜਾਂਦਾ ਹੁੰਦਾ ਰਿਹਾ ਸੀ ਅਤੇ ਕਦੇ ਗਏ ਕੋਈ ਨਹੀਂ ਚਰਚ 'ਚ। ਇਹ ਹੀ ਛੱਡੇ ਦੀ ਛੱਡੇ ਜਾਂਦਾ ਰਿਹਾ, ਤਾਂ ਮੁੜ ਕੇ ਵਾਪਸ ਆਇਆ ਨਹੀਂ ਹੈਗਾ। ਮੈਂ ਬੇਨਤੀ ਕਰਨੀ ਆ, ਅਸੀਂ ਅਪੀਲ ਕਰਨੇ ਆ ਕਿ ਜਿੱਥੇ ਵੀ ਮੇਰਾ ਬੇਟਾ ਹੈਗਾ ਨਾ, ਮੈਨੂੰ ਵਾਪਸ ਮਿਲਣਾ ਚਾਹੀਦਾ। ਮੈਂ 10,000 ਰੁਪਇਆ ਨਾਮ ਦੇਣ ਨੂੰ ਤਿਆਰ ਹਾਂ। ਕੀ ਗੱਲ ਹੈ ਜੀ? ਭਾਅ ਜੀ, ਮੇਰਾ ਭਰਾ ਸੀ ਛੋਟਾ ਰਾਜਾ, ਪਹਿਲਾਂ ਚਰਚ 'ਚ ਜਾਂਦਾ ਸੀ ਭਾਅ ਜੀ, ਬਟਾਲਿਓਂ ਖਾਂਬੜੇ ਚਰਚ, ਕਦੀ ਆ ਜਾਂਦਾ ਸੀ ਅਤੇ ਕਦੀ ਤੁਰ ਜਾਂਦਾ ਸੀ। ਅਤੇ ਥੋੜ੍ਹਾ ਦਿਨ ਹੀ ਹੋਇਆ, 10-15 ਦਿਨ ਹੋਏ ਆ, ਉਹ ਇਸ ਵਾਰ ਭਾਈ ਜਲੰਧਰ ਚਰਚ ਦੇ ਵਿੱਚੋਂ ਵਾਪਸ ਨਹੀਂ ਆਇਆ ਬਟਾਲੇ। ਕਿੰਨੀ ਉਮਰ ਉਹਨਾਂ ਦੀ? ਹਾਂਜੀ, 16-17 ਸਾਲ। ਅਤੇ ਮੈਂ ਭਾਈ ਬਹੁਤ ਦੁਖੀ ਹਾਂ, ਮੈਂ ਬਹੁਤ ਕੱਲ੍ਹ ਪਰਸੋਂ ਦਾ ਰੋਣ ਰਿਹਾ, ਪਰੇਸ਼ਾਨ ਰਿਹਾ। ਮੇਰੀ ਮਾਤਾ ਬਹੁਤ ਦੁਖੀ ਹੈ, ਉਹ ਵੀ ਰੋ ਰੋ ਕੇ ਕੰਬਲੀ ਹੁੰਦੀ ਹੈ। ਅਤੇ ਜਿਹਨੂੰ ਵੀ ਕਿਨੂੰ ਲੱਭਦਾ, ਮੈਂ ਨਾਮ ਦੇਣ ਨੂੰ ਭਾਈ ਤਿਆਰ ਹਾਂ। ਅਤੇ ਜਿਹੜਾ ਤੁਹਾਡਾ ਬ੍ਰਦਰ ਸੀਗਾ ਰਾਜਾ? ਹਾਂਜੀ, ਉਹ ਪਹਿਲਾਂ ਵੀ ਸੀਗੇ ਜਾਂਦੇ, ਉਹਨਾਂ ਦੀ ਕੀ ਦਿਮਾਗੀ ਸੰਤੁਲਨ ਨਹੀਂ ਸੀ? ਹਾਂਜੀ ਹਾਂਜੀ, ਦਿਮਾਗੀ ਥੋੜ੍ਹਾ ਜਿਹਾ ਭਾਈ ਸਿੱਧਾ ਸੀ, ਪਹਿਲਾਂ ਵੀ ਜਾਂਦੇ ਰਹੇ ਸੀ, ਅਤੇ ਉਹਨਾਂ ਨੂੰ ਬਸ ਪਤਾ ਨਹੀਂ ਲੱਗਿਆ ਜਲੰਧਰ ਬੱਸ ਸਟੈਂਡ ਦੇ ਵਿੱਚ ਮਤਲਬ ਗੁੰਮ ਹੋ ਗਿਆ ਹੈ ਭਾਅ ਜੀ। ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ? ਫਿਰ ਭਾਈ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਵਾ, ਜਿਹਨੂੰ ਵੀ ਲੱਭਦਾ ਵਾ ਉਹ ਮੈਨੂੰ ਨੰਬਰ 'ਤੇ ਫੋਨ ਕਰਨ, ਅਤੇ ਮੈਂ ਹੱਥ ਜੋੜ ਕੇ ਬੇਨਤੀ ਕਿ ਮੈਂ ਉਹਨੂੰ ਨਾਮ ਦੇਣ ਨੂੰ ਤਿਆਰ ਹਾਂ।